नेपाली पाली नेपाली ले मत दले का मरते देख के यहां पानी देने मामा हां तू दले का मरते पड़ी जल्दी आ बस थोड़ी जी रहनी थी मैं उधर तो मैंने भेज दी गाड़ी वाले से अच्छा भी रहनी थी मड़ी जी से खरीद कर दे चल ठीक है पक्का आज आज का मैंने मिल लेगा रहेगा ते कालू का पा मुझे टाइम नहीं मिलना नाले माड़ा पक्का मरते होती ना करेंगे बाकी से पर पता ही जन दीवे पति तो भी करना होगा बस आ ही रह गए मां बस 20 मिनट तक नहीं हुई तो चलो कुछ तो हट कर लेंगे हां हां चल ठीक है पक्का फिर नाले हो काम फिर भाई यहां पर चलो सीए करो ये नाले फोन की चाहता बुद्धि चल जा जा चल ठीक है मेरे कमरे च छड़ दने ने इत्थे तां मंजा भी नहीं छड्डिया आपदे बैड लाई बैठे ने चल देखदा करदा गल उहदे नाल बेबे तेनू तां माड़ी मोटी संग शर्म चाहीदी आ ओ लिया के नरमा भी मेरे कमरे च है जीरी आले गट्टे भी मेरे कमरे च सिटे पैणे गे जवान दे सिते सारा कुछ हुंदा मैं ओहदा किवें करता एड्डी छेती है पहले तां बड्डे दा ही हुंदा हुंदा आखर नूं वे कोई गल नहीं हो जूगा हौली हौली सब कुछ बन जूगा तू तां तत्ता काला बणा फिरदांगा तू तां हरेक नाल भाई पिंड च जांदा तां लड़ाई दा गड्डा है घरे तां तू सानूं बख्शदे ही नहीं हैगा नहीं बेबे तू तो मेरे कमरे च मंजा भी नहीं छड्या इधर देख ला किवें बैड लाई बैठी हैगी है वे कोई ना फिर की हुंदा तू उधर कल्ला जाना पैना इधर भाई असीं सारे पै जाने आ किड्डी क बड्डी गल आ भी घर है ओ भी घर है होर दस नरमा किथे धरिए मैं मेरा कमरा ही कबाड़खाना बना रखिया तुसीं ने जिहड़ी चीज हुंदी आ उत्थे छड दिंदे होगे उहदे च जाले जूले भी ला दिंदी तू ना तू तां शर्म सोच ला मेरी गल सुन ला आ तेरी जीभ नहीं कुछ कर दिंदी जे तू प्यार मुहब्बत नाल चले ना दस तेरा कमरा नाल कड़ा बैर हैगा ਸਫਾਈਆਂ ਕਰਾਂਗੇ ਹੀ ਦੋ ਦਿਨ ਜਰਾਂ ਤਾਂ ਕਰ ਲਾ ਨਾ ਇਦੋਂ ਬਾਅਦ ਅਸ ਕਰੋ ਸਫਾਈਆਂ ਕਰੋਗੇ ਕੱਲੂ ਤਾਂ ਦਿਵਾਲੀ ਹੈ ਜੀ ਤੇ ਕੋਈ ਨਾ ਝਾੜ ਚੜੀ ਆ ਕਮਰੇ ਦੀ ਕਰਤੀ ਹੈ ਉਹਨੇ ਆਪਦੇ ਵਾਲੇ ਕਮਰੇ ਦੀ ਕਰ ਲਈ ਝਾੜ ਚੜਾਈ ਆ ਹੁਣ ਤੇਰੇ ਵਾਲਾ ਰਹਿ ਗਿਆ ਕਰਾਂਗੇ ਪਰ ਇੰਨਾ ਕ ਦੇਖਦੇ ਸੀ ਦੇਖੀਏ ਬੋਲਦਾ ਜਾਂ ਨਹੀਂ ਬੋਲਦਾ ਓਏ ਕੀ ਦੱਸਾਂ ਸਾਡੇ ਨਾਲ ਤਾਂ ਰੱਬ ਨੇ ਵੀ ਮਾੜੀ ਕੀਤੀ ਹੋਈ ਹੈ ਜੀ ਸਾਡਾ ਤਾਂ ਕੋਈ ਤਿਹਾਰ ਵੀ ਨਹੀਂ ਬਣਾਇਆ ਤੇ ਕੋਈ ਨਾ ਜਿੰਨਾ ਚਿਰ ਮਾਏ ਹੈਗੀ ਆ ਤੇਰੀ ਮਾਂ ਤਿਹਾਰ ਤਾਂ ਹੁਣ ਮਨਾਈ ਦੇ ਨੇ ਘਰ ਦੇ ਵਿੱਚ ਆ ਤੇਰੀ ਜੀਭ ਨੇ ਨਹੀਂ ਕੁਛ ਕਰਨ ਦਿੱਤਾ ਤਾਂ ਮੈਂ ਪਹਿਲਾਂ ਵੀ ਕਹਿ ਕੇ ਹਟੀਆਂ ਜੇ ਕਿਸੇ ਨਾਲ ਕੱਟਣ ਜੋਗਰ ਹੁੰਦਾ ਨਾ ਹੁਣ ਨੂੰ ਤੂੰ ਵੀ ਅੱਜ ਬਹੂ ਵਾਲਾ ਹੁੰਦਾ ਮੇਰੀ ਗੱਲ ਸੁਣ ਲੈ ਜੇ ਅੱਥਣ ਤੱਕ ਕਮਰਾ ਨਾ ਸਾਫ ਹੋਇਆ ਸਾਰਾ ਕੁਝ ਬਾਹਰ ਕੱਢੂਗਾ ਕੁਝ ਨਹੀਂ ਡਰਾਣ ਦਿੰਦਾ ਅੰਦਰ ਕੋਈ ਨਾ ਨਰਮਾ ਮੈਂ ਤੇ ਮੰਡੀ ਚ ਪਵਾ ਦੂੰਗੀ ਹੋਰ ਫੇਰ ਕੀ ਹੈਗਾ ਚਕਾ ਦੂੰ ਨਰਮਾ ਨਰਮਾ ਤੈਨੂੰ ਬੁਰਾ ਲੱਗਦਾ ਫਸਲ ਬਾੜੀ ਦਾ ਜੱਟ ਦੀ ਜਾਨ ਹੁੰਦੀ ਆ ਤੇ ਤੂੰ ਕਹਿੰਦਾ ਮੈਂ ਬਾਹਰ ਛੱਡ ਦੂੰ ਨਰਮਾ ਮੈਂ ਤਾਂ ਸਿੱਟੂ ਫੇਰ ਸਿੱਟੂ ਨਾਲੇ ਆਹੋ ਫੇਰ ਹਾਂ ਤੇਰੇ ਕੜਾ ਚ ਆ ਤੂੰ ਇਹਨਾਂ ਦੇ ਕਮਰੇ ਕਿਵੇਂ ਸਮਰਾਈ ਜਾਂਦੀ ਆ ਉਹਨੂੰ ਕੀ ਅੱਗ ਲੱਗਦੀ ਆ ਜਿੱਦਾਂ ਇਹ ਸਮਾਰ ਤੂੰ ਕਿ ਸਮਾਰ ਤੂੰ ਕੀ ਹਾਂ ਜਾ ਬਗ ਜਾ ਖੇਤ ਗੇੜਾ ਮਾਰਿਆ ਜਾ ਕੇ ਤੂੰ ਬਗ ਜਾ ਬਗ ਜਾ ਬੋਲੀ ਜਾਂਦਾ ਹੈਗਾ ਨਹੀਂ ਪਾਲੀ ਕਿੰਨਾ ਕਹਿ ਰਿਹਾ ਹੈ ਤੇਰੇ ਇਧਰਲੇ ਕਮਰੇ ਚ ਚੜੇ ਜਾ ਬਸ ਆ ਰਹੀ ਤੂੰ ਪੱਖਾ ਰਹੀ ਮੈਂ ਤੂੰ ਸਾਫ਼ ਕਰਨਾ ਮੇਰੀ ਗੱਲ ਸੁਣ ਲੈ ਆਪਣਾ ਕੰਮ ਤਾਂ ਬਾਅਦ ਚ ਹੋ ਜਾਊਗਾ ਨਹੀਂ ਉਹਦਾ ਜੂੜ ਫੜਦੇ ਉਹ ਗਿੜ ਗਿੜ ਟੱਪੀ ਜਾਂਦਾ ਹੈਗਾ ਸੌ ਸੌ ਕੁਛ ਬੋਲਿਆਗਾ ਬੀਬੀ ਮੇਰੇ ਕਿਸ ਤੇ ਲਾ ਕਰਕੇ ਫਿਰ ਬਾਅਦ ਚ ਉਹਦਾ ਕਰ ਦੇ ਜਿੰਦਾ ਲਈ ਬੈਠਾ ਸੀ ਅਲੇ ਸਵੇਰੇ ਮੈਂ ਦੇਖ ਕੇ ਆਈ ਸੀ ਨਹੀਂ ਕੋਈ ਗੱਲ ਨਹੀਂ ਤੈਨੂੰ ਤਾਂ ਖਿਲਾ ਲਿਆ ਜਿੰਨਾ ਤਾਂ ਮੈਂ ਖੋਲਤਾ ਇਹਨਾਂ ਨਾਲ ਬੋਲੇਗਾ ਨਾ ਮੇਰੇ ਕਮਰੇ ਚ ਨਰਮਾ ਮੇਰੇ ਕਮਰੇ ਚ ਢੋਲ ਮੇਰੇ ਕਮਰੇ ਚ ਤਾਂ ਤੁਸੀਂ ਮੰਜਾ ਵੀ ਨਹੀਂ ਛੱਡਿਆ ਨਾਲੇ ਦੇਖ ਮੇਰੀ ਗੱਲ ਸੁਣ ਓਹ ਮੰਜੇ ਤੋਂ ਮੈਂ ਗਲਾਫ ਤੋਂ ਤਸੀ ਤਾਂ ਬਾਰੀ ਕੱਢਦਾ ਸੀਗਾ ਕਿੱਡਾ ਬੰਨੀ ਆ ਨਾ ਚੁਗਲਖੋਰ ਜਿਹਦੇ ਬਾਪੂ ਨੇ ਤਾਂ ਪਿੰਡ ਚ ਲੜਾ ਦੇ ਉਹ ਧੀਏ ਤੈਨੂੰ ਪਤਾ ਉਹ ਪੁੱਠੇ ਦਿਮਾਗ ਦਾ ਬੰਦਾ ਦਾ ਨਾਲੇ ਤਿਹਾਰ ਦਾ ਦਿਨ ਹੈ ਨਾਲੇ ਜਿਉਂ ਰੱਜ ਨੇ ਕੁੱਤ ਤੱਕ ਪੀ ਲਈ ਨਾ ਆਪਣਾ ਜੂਸ ਕੱਢ ਤੂੰ ਕੀ ਬਣ ਕੇ ਇਹ ਕਮਰਾ ਛੱਡ ਤੇ ਆਉਂਦੇ ਨਾ ਮੇਰੇ ਪਹਿਲਾ ਕੰਮ ਪੱਲੀਆਂ ਪੱਲੀਆਂ ਇਹ ਚੱਕ ਕੇ ਮੈਨੂੰ ਤਾਂ ਲੱਗਦਾ ਦੂਜੇ ਪਾਸੇ ਚੜਦਾ ਨਾ ਮੈਂ ਤੂੜੀ ਵਾਲੇ ਸਿੱਟੇ ਆਉਂਦੇ ਆ ਨਹੀਂ ਇੱਥੇ ਵੀ ਕੀ ਕਹਿੰਦੀਆਂ ਨੇ ਮੈਂ ਹੁਣ ਤਾਂ ਮੈਂ ਭੈੜੀਆਂ ਜਿਹਾ ਲੱਗਦੀਆਂ ਨੇ ਨਾ ਚਲ ਕੋਈ ਨਾ ਆ ਨਰਮਾ ਜਾਂ ਤਾਂ ਮੈਨੂੰ ਲੱਗਦਾ ਨਰਮਾ ਜਾਂ ਤਾਂ ਮੈਨੂੰ ਲੱਗਦਾ ਪੱਲੀ ਪਾਈ ਦਿੰਦੇ ਅੱਜ ਲੱਗ ਗਿਆ ਸਫਾਈਆ ਹੋਣ ਹੈ ਬੇ ਹੋਰ ਕੀ ਕਰੀਏ ਥੋੜਾ ਬੋਲ ਜਾਂ ਤੂੰ ਆ ਤੇਰੇ ਕਲੇਸ਼ ਤੋਂ ਤੁਹਾਨੂੰ ਡਰ ਲੱਗਦਾ ਮੈਂ ਉਹਨੂੰ ਤਾਂ ਮੈਨੂੰ ਜੇਠਾ ਪੁੱਤ ਕਹਿੰਦੀ ਹੁੰਦੀ ਸੀ ਨਾ ਹੁਣ ਮੈਂ ਕਲੇਸ਼ੀ ਹੋ ਗਿਆ ਹੈ ਬੇ ਤੇਰਾ ਸਭਾਈ ਪਹਿਲੇ ਦਿਨੋਂ ਭਾਈ ਇਹ ਜਾਗਾ
ਤਾਂ ਡਰਦੇ ਆ ਵੀ ਕਿਤੇ ਹੋਰ ਤਿਉਹਾਰ ਦੇ ਦਿਨ ਕਲੇਸ਼ ਪਾ ਕੇ ਬੈਠ ਜੇ। ਦੱਸ ਬਾਈ ਜੀ, ਤਿਉਹਾਰ ਦੇ ਦਿਨ ਤੋਂ ਵੀ ਨਹੀਂ ਕਲੇਸ਼ ਕਰੀਦਾ ਹੁੰਦਾ, ਤੁਸੀਂ ਉਦੋਂ ਹੀ ਕਰਦੇ ਹੁੰਦੇ ਹੋ। ਓ ਜੇ ਮੈਂ ਇੰਨਾ ਕੁ ਤਬਕਾ ਨਾ ਰੱਖਾਂ ਨਾ, ਤੁਸੀਂ ਤਾਂ ਮੇਰੇ ਸੱਚ ਗਲੀਆਂ ਕਰ ਦੋ ਨਾਲੇ। ਆ ਜਿਹੜਾ ਗੰਦਾ ਹੈ ਇਹਦਾ ਤੁਸੀਂ ਉਹੀ ਦੱਸ ਦੇਣਾ, ਇਹ ਤਾਂ ਇੱਥੇ ਪੈ ਰਹੂ। ਬੇ ਤੂੰ ਕਿਉਂ ਲੜਦਾ ਹੈਗਾ, ਉਹੀ ਸਿਰੇ ਸਿਰ ਜਾਨਾ ਚੜਦਾ। ਮੈਂ ਤਾਂ ਕਹਿੰਦਾ ਕਾਦੇ ਵਾਸਤੇ ਬੋਲਣਾ, ਕਾਦੇ ਬਾਤੇ ਬੋਲਣਾ, ਤਿਉਹਾਰ ਦਾ ਦਿਨ ਉਹੀ ਨਹੀਂ ਤੂੰ ਹੜਦਾ ਕਲੇਸ਼ ਪਾਉਣ ਕਰਨੀ। ਉਹ ਤੇਰੇ ਕਮਰੇ ਦੀ ਸਫਾਈ ਹੁਣ ਹੋਣ ਲੱਗੀ ਹੈ ਨਾ, ਹੁਣ ਤੂੰ ਜਾਲੇ ਬੁੜਕ ਪਿਆ। ਨਾਲੇ ਵੀ ਗੱਲ ਸੁਣੋ ਬਾਈ ਜੀ, ਸਫਾਈ ਕਰਦੇ ਨੇ ਤੁਸੀਂ ਇੱਥੇ ਕੀ ਕਰਨ ਆਏ ਹੋਗੇ? ਲੈ ਛੋਟਾ ਜੀ ਬੜਾ ਸਮਾਨ ਲੈ ਜਾਓ ਚੱਕ ਕੇ, ਛੋਟਾ ਨਾਲੇ ਇੱਥੇ ਤੀਜੇ ਇੱਥੇ ਦਾ ਜੇ ਸਮਾਨ ਹੈ, ਇਹ ਨਹੀਂ ਹੈਗਾ ਵੀ ਤੁਸੀਂ ਸਾਰੀ ਲੈ ਜਾਓਗੇ। ਓ ਹੋ, ਉਸ ਤਾਂ ਬਾਈ ਜੀ ਸਫਾਈ ਕਰਨ ਆਏ ਆ ਤੇ ਅਸੀਂ ਥੋੜੀ ਇਸ ਦਾ ਸਮਾਨ ਅਸੀਂ ਨਹੀਂ ਕਰਨਾ। ਨਾਲੇ ਮੇਰੀ ਗੱਲ ਸੁਣੋ ਬੇਬੇ, ਹਿੱਸੇ ਕਿਹਦੇ ਨਾਲ ਪਾਉਂਦੇ ਰਹੇ ਤੁਸੀਂ? ਛੜੇ ਕੋਲੇ ਹੈਗੇ ਹੋ। ਮੇਰੀ ਗੱਲ ਸੁਣ ਲੈ ਨਾ, ਅੱਜ ਕੋਲੇ ਖੜ ਨੂੰ ਮੈਂ ਥੋੜੀ ਆਂਗੀ, ਮੈਂ ਖੜੀ ਆ ਨਾ, ਤੂੰ ਆਪਣਾ ਜਾ ਕੇ ਤੇ ਸਖਾ ਕੋਲ ਪਿਆਉਂਦੇ, ਮੈਂ ਸਾ ਨਾ ਕਰ ਲਾ। ਨਾਲੇ ਮੇਰੀ ਗੱਲ ਸੁਣ ਲੈ ਬੇਬੇ, ਮੈਂ ਕੋਈ ਚੋਲਟੀ ਨਹੀਂ ਹੈਗੀ, ਨਾਲੇ ਮੈਂ ਸਫਾਈ ਕਰਨ ਨਾਲ ਗੱਲਾਂ ਕਹਾਂ ਹੋਏ ਦੇ ਤੋਂ ਨਹੀਂ। ਚੋਲਟੀ ਨੂੰ ਭਾਈ ਇੱਥੇ ਕਿਹੜਾ ਕਹਿੰਦੇ ਕੋਲ ਕੰਠਾ ਪਿਆ ਹੈਗਾ ਵੀ ਆਪਾਂ ਉਹ ਚੱਕ ਲਾਂਗੇ, ਮੈਨੂੰ ਮਾਤਕ ਨਹੀਂ ਤਸੱਲੀ ਹੈਗੀ। ਗੱਲ ਸੁਣ ਬੇਬੇ, ਜਿਹੜਾ ਤੂੰ ਖਲ ਕੋਲ ਪਿਆਉਣ ਨੂੰ ਕਹਿੰਦੀ ਨਾ, ਇਹ ਤੂੰ ਇਹਨਾਂ ਨੂੰ ਕਿਹਾ ਕਰ, ਆਪਣੇ ਤੁਹਾਡਾ ਖੇਤ ਜਵਾਰੀ ਹੈ ਉਹ ਕਰਵਾ ਦੇ ਫਿਰ ਜਿੰਨਾ ਮਰਜ਼ੀ, ਠੀਕ ਹੈ ਕਿ ਨਹੀਂ? ਮੇਰੀ ਗੱਲ ਸੁਣੋ, ਤੁਸੀਂ ਘਰੋਂ ਖਾਂਦੇ ਨਹੀਂ ਹੈਗੇ, ਰੋਟੀਆਂ ਤਾਂ ਫਾਰੋ ਖਾਂਦੇ ਹੋ। ਮੈਂ ਖੇਤ ਜਾ ਕੇ ਕਹਾਂ ਬੁੜਾ ਕੰਮ ਕਰਦਾ ਗਾ, ਨਾਲ ਕਰਾਉਂਦੇ ਨੇ ਬਰਾਬਰ ਦਾ। ਕੌਣ ਕਰਾਉਂਦਾ? ਇਹ ਜਾਣ ਤੇ ਬਾਹਰ ਨਹੀਂ ਬੋਲਦੇ ਹੁੰਦੇ, ਫਿਰ ਤੂੰ ਤੇਰੀ ਭਗਾਈ ਹੈ ਇਹ। ਹੈ ਮਾਂ ਨਾਲ ਤਾਂ ਜੋ ਮਰਜ਼ੀ ਤੂੰ ਲੜਦਾ ਲੜਦਾ, ਤੂੰ ਤਾਂ ਇਹਦੇ ਨਾਲ ਵੀ ਅੱਡਾ ਲਾ ਕੇ ਬੈਠ ਜਾ। ਨਾਲੇ ਦੂਜੀ ਗੱਲ, ਘਰ ਦੇ ਕੰਮ ਵੀ ਭਾਈ ਕਰਨੇ ਪੈਂਦੇ ਨੇ, ਤੂੰ ਕਾਹਦੇ ਵਾਸਤੇ ਦੱਸ ਨਾ। ਮੇਰੇ ਕਿਹੜਾ ਦੱਸ ਬੇਬੇ, ਰੀ ਬਣਾ ਲੈ ਰੋਂਦੇ ਨੇ, ਠੀਕ ਆ? ਮੈਂ ਤਾਂ ਬੈਠਣਾ ਹੀ ਆ, ਬੁਰੇ ਵੀ ਬੈਠਾ ਖੇਤ ਬਾਈ। ਫਿਰ ਤਾਂ ਤੂੰ ਐਂ ਕਰਿਆ ਕਰ, ਜੇ ਤੇਰੇ ਰੀ ਬਣਾ ਲੈ ਨਹੀਂ ਰੋਂਦੇ ਤੇ ਫਿਰ ਤੂੰ ਚੌਂਕ 'ਚ ਜਾ ਕੇ ਬਹਿ ਜਾ ਕਰ, ਨਾਲੇ ਤੈਨੂੰ ਉੱਥੇ ਰੋਟੀ ਮਿਲਿਆ ਕਰੂਗੀ, ਨਾਲੇ ਚਾਹ ਮਿਲਿਆ ਕਰੂਗੀ। ਹਾਂ, ਚੌਂਕ 'ਚ ਤਾਂ ਜਾ ਕੇ ਮੈਂ ਬਹਿ ਜੂਗਾ, ਮੇਰਾ ਮਾਂ ਬਾਪ ਉਹ ਦੱਸ ਕਿਹੜਾ ਗਾ। ਬੇਬੇ ਸਾਰਾ ਦੀ ਸਫਾਈ ਆਪ ਹੀ ਕਰ ਲਓ, ਮੈਥੋਂ ਨਿਕਲੇ ਸੀ ਜੀ ਦੀ ਸਫਾਈ ਹੁੰਦੀ ਬਸ। ਹਾਂ ਸੁਣ ਲੈ, ਨਾਲੇ ਮੈਂ ਕਹਿੰਦਾ ਤੂੰ ਜੀਭ ਸਾਂਭ ਕੇ ਰੱਖ ਆਪਣੀ ਜੀਭ, ਮੈਂ ਤੇਰੀ ਜੀਭ ਨੇ ਸਿੱਤੀ ਨਹੀਂ ਤੇਰਾ ਘਰ ਬੱਜਿਆ। ਉਹ ਚੱਲ ਬੇਬੇ, ਮੈਂ ਤੇਰੇ ਕਰਕੇ ਚੁੱਪ ਕਰਦਾ, ਮੈਂ ਕਰ ਲਓ ਕਰਦਾ ਸਫਾਈ। ਕਰ ਲਓ, ਵੱਡਾ ਰੱਖ ਆ ਗਿਆ ਇਹ। ਹੈ ਜੰਡੀ ਮੋਹਰਾਂ ਪਈਆਂ ਨੇ ਇਹਦੇ, ਮੋਹਰਾਂ ਨਹੀਂ ਪਈਆਂ ਉਹਦੇ, ਕਹਿੰਦਾ ਕੋਲੇ ਖੜ ਕੇ ਸਫਾਈ ਕਰਾਊਗਾ, ਪੁੱਤ ਪਰੇ ਵਰਦੇ ਜੂੜ ਜਈ ਜੀ। ਉਹਨਾਂ ਨਹੀਂ ਕਰਦੇ। ਮੇਰੀ ਗੱਲ ਸੁਣੋ, ਮੈਂ ਪਹਿਲਾਂ ਹੀ ਗੱਲਾਂ ਨਹੀਂ ਹੋਜੇ ਬੁੱਝੀ, ਹਰੇਕ ਤਿਉਹਾਰ ਤੇ ਕਲੇਸ਼ ਕਰਦਾ, ਰੱਖੜੀਆਂ ਨੂੰ ਕੋਈ ਤਾਂ ਕਲੇਸ਼ ਪਾ ਕੇ ਬਹਿ ਗਿਆ। ਨਹੀਂ ਮੱਚਦਾ ਤਾਂ ਇਹ ਆਏ ਆ ਵੀ ਮੇਰਾ ਮੇਰੀ ਮਾਂ ਨੇ ਵਿਆਹ ਨਹੀਂ ਕਰਿਆ, ਦਿਲ ਦੀ ਗੱਲ ਕੀ ਦੱਸੇ, ਮੱਚੀ ਤਾਂ ਇਹ ਆ ਜਾਂਦਾਗਾ। ਚੱਲ ਕੋਈ ਨਾ ਪੁੱਤ, ਜਿੰਨਾ ਕੁ ਬਣਦਾ ਤੂੰ ਕਰ ਲੈ, ਉਹਨੇ ਆ ਨਾਲ ਮੈਂ ਅੱਜ ਚਕਾ ਦਾਨੀ ਆ ਬਣਦਾ। ਸ਼ੁਕਰ ਕਰੋ, ਆਹੋ ਚਾਹ ਦੀ ਬਣਾ ਦੋ ਮੈਨੂੰ, ਸਿਰ ਤੁਸੀਂ ਜਾਂਦਾ ਬਣਾਉਣੀ ਆ ਮੈਂ। ਸਫਾਈ ਕਰਨੀ ਤੂੰ ਕਮਰੇ ਚ, ਕਿੰਨਾ ਖੜਾ ਮੁਸਕ ਮਾਰਦਾ। ਸਫਾਈ ਕਰਦੀ ਆ, ਮੋਟਾ ਮੋਟਾ ਕਰ ਦਿੰਦੀ ਆ, ਇਹਨੂੰ ਕੀ ਪਤਾ ਲੱਗਾ। ਉਹ ਚੱਲ ਯਾਰ, ਬੇਬੇ ਨੇ ਕਹਿ ਤਾਂ ਕਰ ਦਿੰਦੇ ਸੰਨੀ, ਉਹ ਤਾਂ ਜਿਹੀ ਜੀ ਹੈਗੀ ਹੈਗੀ, ਲੈ ਨਾਲੇ ਤਾਂ ਸੜਾ ਗਿਆ ਜੀ, ਨਾਲੇ ਰੋਟੀ ਆਂਗਣਿਆ ਜੀ, ਕਰਦੇ ਆ ਹਿਸਾਬ ਕਿਤਾਬ ਇਹਨਾਂ ਨਾਲ, ਐਂ ਨੀ ਲੋਟ ਆਉਂਦੇ ਇਹ, ਬੇਬੇ ਕਰਕੇ ਕਰਨੀ ਪੈਂਦੀ ਆ ਸੰਨੀ, ਹੋਰ ਤਾਂ ਨਹੀਂ ਬਣ ਇਹਨਾਂ ਦਾ ਅੱਜ ਨੂੰ ਟੱਚ ਜਾਣ ਦਾ, ਨਾਲੇ ਇਹਨਾਂ ਨਾਲ ਵੀ ਨਿਮੇੜ ਦਿਆਂਗੇ, ਕੋਈ ਗੱਲ ਹੀ ਆ ਜਾਂਦਾ। ਮੈਂ ਕਿਉਂ ਕਰਦੇ ਚਮਾਰਾ ਬਾਈ, ਤੂੰ ਇਧਰੋਂ ਆਇਆ ਤੂੰ ਸਿੱਧੀ ਮੰਡੀ ਚ ਵਗ ਜਾਂਦਾ। ਮੈਂ ਹੁਣ ਕਿੱਥੇ ਕਿੱਥੇ ਆ, ਮੈਂ ਤੂੰ ਵਿਹਲਾ ਹੁੰਨਾ, ਘਰੇ ਤਾਂ ਮੈਂ ਹੈਗਾ ਸੀ, ਤੂੰ ਜਾਇਆ ਨਹੀਂ ਗਿਆ। ਅੱਛਾ ਮੈਂ ਵਿਹਲਾ, ਤੂੰ ਕੰਮ, ਤੂੰ ਇੱਧਰ ਤਾਂ ਦੇਖ, ਆਪਦੇ ਕੱਪੜੇ ਕਿ ਨਹੀਂ ਦੇਖ ਤੇ ਮੇਰੇ ਕਿ ਨਹੀਂ ਦੇਖ। ਤੂੰ ਤਾਂ ਐਕਟਰ ਬਣਿਆ ਖੜਾ ਉਰੇ, ਮੈਂ ਐਕਟਰ ਬਣਿਆ ਸੰਨੀ ਵਾਲੇ ਲੱਛਣ ਨੇ ਤੇਰੇ। ਅੱਛਾ ਤੂੰ ਤਾਂ ਕਿੱਧਰੋਂ ਆਇਆ, ਤੂੰ ਚੰਗੇ ਬੂਟ ਵਾੜ ਕੇ ਸੀ ਫਿਰਦਾ। ਕਿਹੜੇ ਬੂਟ ਨੇ, ਮੈਂ ਤਾਂ ਬਾਜ਼ਾਰੋਂ ਸੌਦਾ ਲਿਖਾ ਕੇ ਆਇਆ ਅੜਕੀ ਨੂੰ। ਅੱਛਾ ਅਜੇ ਮੈਨੂੰ ਕਹਿੰਦਾ ਮੈਂ ਵਿਹਲਾ ਹੈ, ਆ ਦੇਖ ਲਾ ਮੇਰੇ ਹੱਥ ਦੇਖ ਲਾ, ਤੇ ਤੂੰ ਆਪ ਟੋਰ ਲਾਈ ਫਿਰਦਾ, ਕੰਮ ਕਰ ਲੈ ਜਾ ਕੇ ਆਉਂਦਾ, ਮੈਥੋਂ ਨੀ ਜਾਇਆ ਮੇਰੇ ਦਾ। ਕੁਛ ਸਾਰਾ ਦਿਨ ਕਦੇ ਇੱਧਰ ਵਗ ਗਿਆ ਕਦੇ ਇੱਧਰ ਵਗ ਗਿਆ। ਓਏ ਬਾਲਾ ਕਰਦਾ ਵੀਰ, ਮੇਰੇ ਹਿੱਸਾ ਬੰਦਲਾ ਹਿੱਸਾ, ਉਹ ਬੰਦਲਾ ਮੈਂ ਕਰਦਾ ਬੀਬੇ ਨਾਲ ਅੱਜ ਗੱਲ। ਆ ਕਰ ਲੈ ਜਾ ਬਾਜੀ, ਹੋਰ ਤੇਰਾ ਤਾਂ ਜੂੜ ਵੱਡੀ ਏ। ਹਾਂ ਕੋਈ ਤਿਹਾਰ ਆਉ ਸਾਰੇ ਦਿਨ ਲੜਾਈ ਤੋਂ ਬਗੈਰ ਤੇਰੇ ਕੋਲੇ ਕੋਈ ਕੰਮ ਹੀ ਨਹੀਂ ਹੋਰ। ਓ ਸਾਡੇ ਕਾਦੇ ਤਿਹਾਰ ਦੇ, ਮਰੀ ਜਾਂਦਾ ਪਕਾਈ, ਮੈਂ ਉਹਨਾਂ ਤੜਕੀ ਤੌਰ ਲਾ ਕੇ ਨਿਕਲ ਜਾਂਦਾ, ਐ ਨੀ ਦੇਖਣਾ ਵੀ ਉੱਥੇ ਕੰਮ ਧੰਦਾ ਕਰਨ ਵਾਲਾ ਕਿ ਨਹੀਂ ਕਰਨ ਵਾਲਾ। ਲੈ ਹੁਣ ਸੰਨੀ ਨੂੰ ਵੀ ਕਹਿੰਦੇ ਤੀਏ ਪਾਲੀ। ਹਾਂ ਬੇਬੇ, ਆ ਚਾਹ ਬਣ ਗਈ ਪੁੱਤ। ਬੇਬੇ ਬਾਲੀ ਕਰਦਾ ਜੇ ਕਮਰੇ ਚ ਤਾਂ ਦਮਾ ਹੋ ਜੂਗਾ। ਦੇ ਹਾਂ ਪੁੱਤ, ਆ ਗਿਆ। ਹਾਂ ਆ ਗਿਆ। ਲੈ ਪਾਲੀ ਚਾਹ ਤਾਂ ਫਾਤੀ, ਠੀਕ ਹੈ ਜਾ। ਆ ਬੜੜਾ ਯਾਰ, ਰੋਏ ਨਾ ਕਰੇ, ਕਲੇਸ਼ ਕਰ ਰੱਖਦਾ। ਕੀ ਹੋ ਗਿਆ ਹੁਣ ਤੁਹਾਨੂੰ? ਇਹ ਲੋ ਜਿਹੜਾ ਬਣਦਾ ਚੌਥਾ ਹਿੱਸਾ ਕਰਕੇ ਪਰਾਂ ਨਿਮੇੜੇਗਾ,
ਜਦੋਂ ਕੋਈ ਤਿਹਾਰ ਉਦੋਂ ਸਾਰਾ ਦਿਨ ਕਲੇਸ਼ ਪਾ ਕੇ ਬੈਠਾ ਰਹਿੰਦਾ ਇਹ ਉਹੀ ਤਾਂ ਹੈ ਬੇਬੇ ਮੈਂ ਤਾਂ ਆਪਣੀ 20 ਵਾਰ ਕੋਈ ਤਿਹਾਰ ਵਾਲੇ ਦਿਨ ਕੋਈ ਇਹੋ ਜਿਹਾ ਕੁਝ ਉਠਾਇਦਾ ਬੋਲਦਾ ਬੇ ਮੇਰੀ ਗੱਲ ਸੁਣ ਲੈ ਉਹਦਾ ਕਿਹੜਾ ਵਿਚਾਰਾ ਦਾ ਵਿਆਹ ਹੋਇਆ ਤੂੰ ਵੀ ਮਾੜਾ ਮੋਟਾ ਠੰਡਾ ਛਿੜਕਿਆ ਕਰ ਐਵੇਂ ਉਹਦੀ ਬਰਾਬਰੀ ਕਰੀ ਦੀ ਹੁੰਦੀ ਬੇਬੇ ਵਿਆਹ ਨਹੀਂ ਹੋਇਆ ਵਿਆਹ ਨਹੀਂ ਹੋਇਆ ਐਂ ਕਿ ਕਹੀਂ ਸਿਰ ਚੜਾ ਰੱਖਿਆ ਫਿਰ ਕੀ ਹੁੰਦਾ ਜੇ ਸਾਡਾ ਕਸੂਰ ਉਹਦਾ ਵਿਆਹ ਨਹੀਂ ਹੋਇਆ ਸਾਡਾ ਬੇਟਾ ਤੈਨੂੰ ਮੈਂ ਦੱਸਦਾ ਆ ਦੇਖ ਲੈ ਟੌਰਚ ਕਿੰਨੀ ਲਾ ਕੇ ਮੌਨਾ ਸਾਹਿਬ ਨੂੰ ਵਗ ਗਿਆ ਨਾਲ ਤਾਂ ਉੱਥੇ ਜੀਰੀ ਪਈ ਆ ਨਾਲੇ ਆ ਨਰਮਾ ਪਿਆ ਨਰਮਾ ਹੀ ਲੈ ਜਾਂਦਾ ਹੈ ਬੇ ਚੱਲ ਕੋਈ ਨਾ ਪੁੱਤ ਤੇਰੇ ਤੇ ਇਮਾਨਦਾਰੀ ਹੈ ਤੂੰ ਵੱਡਾ ਭਾਈ ਆ ਸਭ ਕੁਝ ਤਾਂ ਹੀ ਕਰਨਾ ਮੂਰੇ ਹੋ ਕੇ ਇਹ ਤਾਂ ਤੇਰੇ ਤੇ ਤਲਾਸਾ ਦਿੰਦੇ ਨੇ ਵੀ ਸਾਡਾ ਵੱਡਾ ਭਾਈ ਆ ਐ ਨਹੀਂ ਮੈਂ ਤੈਨੂੰ ਕਹਿੰਦਾ ਬੇਬੇ ਚਲੋ ਇਹ ਸਰਕਾਰ ਦਾ ਵੀ ਸੌਦਾ ਪੱਤਾ ਲਿਖਾ ਕੇ ਆਉਣਾ ਬੇ ਚੱਲ ਕੋਈ ਨਾ ਪੁੱਤ ਸਾਡਾ ਇਕੱਲੀ ਸੰਨੀ ਲਾਈ ਜਾਂਦਾ ਹੋਰ ਇਹ ਤਾਂ ਕੁਝ ਕੀ ਹੁੰਦਾ ਘਰ ਦੇ ਤਾਂ ਸਾਰੇ ਦਿਨ ਇਕੱਲੀ ਸੰਨੀ ਹੋਰ ਲਾਉਂਦਾ ਬਸ ਸੌਦਾ ਪੱਤੇ ਦੀ ਗੱਲ ਸੁਣ ਲੈ ਜਦੋਂ ਸੌਦਾ ਪੱਤਾ ਲਿਖਾਉਣ ਗਿਆ ਗਿਆ ਨਰਮਾ ਲੈ ਜਾਂਦਾ ਚੱਕ ਕੇ ਕੋਈ ਨਾ ਪੁੱਤ ਨਰਮਾ ਨਹੀਂ ਕਰਿਆ ਜਾਂਦਾ ਕਰਾਏਗਾ ਕੰਮ ਨਾਲ ਮੇਰੇ ਐਕਸ਼ਨ ਅੱਗੇ ਦਾ ਮੇਰਾ ਤੂੰ ਹੀ ਕਰਦਾ ਸਖੇ ਤੇ ਜਾ ਕੇ ਖੜੇ ਕਿਤੇ ਹੋਰ ਕਿੱਥੇ ਹੁੰਨਾ ਮੈਂ ਆਹ ਜਿਹੜੀ ਟੌਰਚ ਕੀ ਦਿਲਾ ਕੇ ਤੇਰੀ ਟੌਰ ਹੈ ਲੋਰ ਸੂਟ ਪਾ ਕੇ ਟੌਰਚ ਕੀ ਨਹੀਂ ਹੋ ਜਾਂਦੀ ਲੈ 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 ਤੇਰੇ ਕੋਲ ਤਾਂ ਮੱਚਣ ਤੋਂ ਬਗੈਰ ਕੁਝ ਹੈ ਹੀ ਨਹੀਂ ਕੁਝ ਅਬੇ ਐਵੇਂ ਨਹੀਂ ਬਾਲਾ ਬੋਲਦੇ ਹੁੰਦੇ ਨਾਲੇ ਵਿਚਾਰਾ ਇਹ ਕਿਹੜਾ ਕਹਾਂ ਬਿਆ ਹੈਗਾ ਘਰ ਵਰਦਾ ਹੋਵੇ ਫਿਰ ਵੀ ਲੱਗਦਾ ਚੰਗਾ ਲੱਗਦਾ ਸੋਡੇ ਪਿੱਛੇ ਧੰਦ ਪਿੱਟਦਾ ਫਿਰਦਾ ਇਹ ਵੀ ਮੇਰੀ ਗੱਲ ਸੁਣ ਬੇਬੇ ਜੇ ਬਾਲਾ ਰੌਲਾ ਜਾ ਪਾਉਂਦੇ ਨੇ ਕਿ ਨਾ ਜਿਹੜਾ ਕੁਝ ਆਉਂਦਾ ਵੰਡ ਕੇ ਦੇ ਸਾਨੂੰ ਤਾਂ ਬੇਬੇ ਦਾ ਚੌਥਾ ਹਿੱਸਾ ਦੇ ਦੇ ਜਿਹੜਾ ਨਾ ਬਣਦਾ ਸਾਰਾ ਨਿਮੇੜ ਕੰਮ ਇਹਦਾ ਮੈਂ ਚੌਥਾ ਹਿੱਸਾ ਕਰਾ ਮੇਰੀ ਗੱਲ ਸੁਣ ਚੌਥਾ ਹਿੱਸਾ ਕਰਾ ਕਿਉਂ ਬੇਬੇ ਹੋਰ ਕਿਨੂੰ ਦੂਜਾ ਦੀਏ ਬਰਾਬਰ ਦਾ ਹਿੱਸੇਦਾਰ ਹੈ ਕਿਹੜਾ ਬਰਾਬਰ ਦਾ ਤੇਰਾ ਵਿਆਹ ਨਹੀਂ ਹੋਇਆ ਹੋਰ ਨਹੀਂ ਹੋਇਆ ਤੈਨੂੰ ਚੌਥਾ ਹਿੱਸਾ ਜਿਹੜਾ ਬੇਬੇ ਦਾ ਬਣਦਾ ਦੇ ਭਰਾ ਹੁਣ ਗੱਲ ਸੁਣ ਹੈਲੋ ਗੱਲ ਸੁਣ ਚੌਥਾ ਹਿੱਸਾ ਵੀ ਹੈ ਹੁਣ ਤੇ ਨਹੀਂ ਰੰਦਾ ਨੂੰ ਹਿੱਸਾ ਦੇ ਮਾ ਬੇਬੇ ਦਾ ਹਿੱਸਾ ਬਣਦਾ ਤੀਜਾ ਕਹਿੰਦਾ ਤੈਨੂੰ ਜੇ ਤੂੰ ਵਿਆਹ ਹੋਣਾ ਤਾਂ ਤੇਰਾ ਹਿੱਸਾ ਤੀਜਾ ਵੀ ਰੱਖਦਾ ਨੇ ਹਾਂ ਫੇ ਮੇਰੀ ਗੱਲ ਸੁਣ ਪੁੱਤ ਮੇਰੀ ਗੱਲ ਸੁਣ ਹਿੱਸਾ ਦਾ ਤੀਜੀ ਬੋਲੋ ਨਾ ਦੇਖ ਮੈਂ ਤਾਂ ਹੱਕ ਦੀ ਗੱਲ ਕਹੂੰ ਜਿਆਦਾ ਹਿੱਸਾ ਪਾਈ ਆਉਂਦਾ ਹੋਇਆ ਜਾ ਦੇਖ ਚੌਥਾ ਹਿੱਸਾ ਤੈਨੂੰ ਆਊਗਾ ਨਾ ਬੇਬੇ ਚੌਥਾ ਹਿੱਸਾ ਕਹਦਾ ਇਹ ਪੁੱਤ ਮੇਰਾ ਵੀ ਤਾਂ ਹਿੱਸਾ ਮੈਂ ਰੱਖੂਗੀ ਮੈਨੂੰ ਰੋਟੀ ਕਿਹਨੇ ਲੈਣੀ ਆ ਫਿਰ ਇਹ ਤਾਂ ਸਾਡੇ ਨਾਲ ਹੀ ਰਹੂ ਤੇਰੇ ਨਾਲ ਰੋਟੀ ਲੈ 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 ਰਹਿਣ ਦੇ ਰਹਿਣ ਦੇ ਤਾਂ ਮੇਰੇ ਨਾਲ ਜਾਉ ਉਹ ਵੀ ਰੰਨ ਨੂੰ ਖਾਣਾ ਮੇਰੀ ਗੱਲ ਸੁਣ ਲੈ ਬੇਬੇ ਤੂੰ ਪੁੱਛ ਲੈ ਬੇਬੇ ਤੂੰ ਕਿਹਦੇ ਨਾਲ ਰਹਿਣਾ ਪਹਿਲਾਂ ਇਹ ਦੱਸ ਚੱਲ ਕੋਈ ਨਾ ਪੁੱਤ ਮੈਨੂੰ ਤਾਂ ਦੋਨੇ ਪੁੱਤ ਇੱਕੋ ਜਿਹੇ ਦੱਸ ਨਾ ਤਾਂ ਮੈਂ ਇਹਨੂੰ ਸਿੱਟ ਸਕਦੀ ਆ ਨਾ ਭਾਈ ਮੈਂ ਤੁਹਾਨੂੰ ਸਿੱਟ ਸਕਦੀ ਫਿਰ ਬੇਬੇ ਨੂੰ ਐ ਕਹਿੰਦੇ ਢੰਗ ਨਾਲ ਰਹਿ ਪਾ ਇੱਕ ਦਿਨ ਕਲੇਸ਼ ਹੁਣ ਕੱਲ ਨੂੰ ਦੀਵਾਲੀ ਐ ਇੱਕ ਦਿਨ ਟਿਕ ਨਹੀਂ ਸਕਦਾ ਆ ਕਰ ਲਿਆ ਤੜਕੀ ਬੇ ਪੁੱਤ ਮੇਰੀ ਗੱਲ ਸੁਣ ਲੈ ਤੂੰ ਘਬਰਾ ਰਿਹਾ ਰਾਣੇ ਦਿਨ ਹੁੰਦਾ ਖੁਸ਼ੀਆਂ ਆਉਂਦੀਆਂ ਨੇ ਪੰਜਾ ਕਲੇਸ਼ ਨਾਲੇ ਲੋਕ ਕੀ ਕਹਿੰਦੇ ਸਾਡਾ ਤਾਂ ਭੈਣ ਦਾ ਕੋਈ ਤਿਹਾਰ ਵੀ ਨਹੀਂ ਹੈਗਾ ਤੁਸੀਂ ਤਾਂ ਤਿਹਾਰ ਮਨਾਉਂਦੇ ਵੀ ਰਹਿੰਦੇ ਹੋ ਤੇ ਫਿਰ ਕਰਾਲਾਂ ਦਾ ਵਿਆਹ ਉਹਦਾ ਜੀਵ ਨੂੰ ਆ ਲਗਾਮ ਨਹੀਂ ਦਿੱਤੀ ਆਪਦੀ ਨੂੰ ਓਏ ਵੀਰੇ ਗੱਲ ਸੁਣ ਲੈ ਤੇਰੇ ਵਾਂਗੂ ਅਸੀਂ ਕਿਦਾਂ ਬਹੂਆਂ ਦੇ ਨੀਚੇ ਨਹੀਂ ਲੱਗ ਕੇ ਰਹਿੰਦੇ ਜੇ ਹੁਣ ਅੱਡ ਹੋਣ ਦਾ ਪੰਗਾ ਪਾ ਲਿਆ ਨੇ ਮੈਂ ਕੀ ਕਰੂੰਗੀ ਬੈਠਾ ਰੂ ਉੱਥੇ ਮੰਜਾ ਡਾ ਕੇ ਹੁਣ ਅੱਡ ਹੋਣ ਨੂੰ ਅਸੀਂ ਬੈਡ ਵਾਲਾ ਕਮਰਾ ਦੇਣ ਨਹੀਂ ਲੱਗੇ ਨਾ ਫਿਰ ਰੋਟੀ ਇਹ ਕਿਹਦੇ ਕੰਨੀ ਖਾਊਗਾ ਰੋਟੀ ਇਹ ਆਪ ਹੱਥ ਫੂਕੂਗਾ ਦੋ ਪਾਸੇ ਫਸ ਗਈ ਭਾਈ ਹੁਣ ਜੇ ਮੈਂ ਤੁਹਾਡੇ ਨਾਲ ਰਲਦੀ ਆ ਤਾਂ ਵੀ ਔਖਾ ਹੁਣ ਉਹਦੀ ਰੋਟੀ ਨੀ ਪਕਾਉਂਦੀ ਮੈਨੂੰ ਤਾਂ ਵੀ ਮਰਨਾ ਪਊਗਾ ਦੱਸ ਉਹਦੀ ਤਾਂ ਮੱਥਾ ਵਿੱਚੋਂ ਛਣਾ ਪਊਗਾ ਮੈਨੂੰ ਰੋਟੀ ਤਾਂ ਮਾਂ ਨੂੰ ਪਕਾ ਕੇ ਦੇਣੀ ਪਊਗੀ ਐ ਦੱਸ ਮੈਂ ਕੀ ਕਰਾਂ ਮੈਂ ਵੀ ਫਸ ਗਈ ਅੱਡ ਉੱਡ ਦੀਆਂ ਗੱਲਾਂ ਮੈਂ ਤਾਂ ਕਹਿੰਦੀ ਆ ਕਾਹਨੂੰ ਤੁਸੀਂ ਲੈ ਕੇ ਬਹਿਨੇ ਹੋ ਲੋਕ ਕੀ ਕਹਿਣਗੇ ਸਾਨੂੰ ਮੇਰੀ ਗੱਲ ਸੁਣ ਲੈ ਬੇਬੇ ਇੱਥੇ ਤੂੰ ਇੱਥੇ ਮੈਂ ਕੱਲ ਨੂੰ ਜੇ ਕੋਈ ਨਾ ਸਿਆਪਾ ਪਾਇਆ ਨਾ ਤੜਕੀ ਉੱਡਦੇ ਨੇ ਮੇਰਾ ਨਾਂ ਬਲਟਾ ਦੀ ਮੈਂ ਅੱਜ ਦੀ ਨਹੀਂ ਜਾਣਦੀ ਉਹਨੂੰ ਉਹ ਪੁੱਤ ਲੋਕ ਕਹਿਣਗੇ ਜੇ ਛੜਾ ਸੀ ਤਾਂ ਅੱਡ ਕਰਕੇ ਬਿਠਾਤਾ ਹੈ ਦੱਸ ਛੜੇ ਬੇਬੇ ਲੋਕਾਂ ਦੀ ਹੁੰਦੇ ਨੇ ਮੇਰੀ ਗੱਲ ਸੁਣ ਬਥੇਰੇ ਵਧੀਆ ਨੇ ਆ ਮੇਰੀ ਭੈਣ ਦਾ ਵੀ ਤਾਂ ਦਿਓਰ ਹੈਗਾ ਹੀ ਆ ਕਦੇ ਅੱਖ 'ਚ ਪਾਇਆ ਨਹੀਂ ਰੜਕਦਾ ਇਹ ਲੈਦੇ ਹੀ ਇਹਦੇ ਫੰਗ ਲੱਗੇ ਪਏ ਨੇ ਨਹੀਂ ਭਾਈ ਲੋਕ ਚੱਕ ਦਿੰਦੇ ਨੇ ਛੜੇ ਬੰਦੇ ਨੂੰ ਤਾਂ ਹੈ ਕਰੀਏ ਵੀ ਕੀ ਕਰੀਏ ਇਹ ਜਿਹੜਾ ਸੱਤ 'ਚ ਜਾ ਕੇ ਬਹਿ ਜਾਂਦਾ ਨਾ ਬਸ ਲੋਕ ਇਹਨੂੰ ਪੰਪ ਭਰੀ ਜਾਂਦੇ ਨੇ ਜਾਂ ਜਾਂ ਕੁਛ ਕਹਿ ਕੇ ਤੋਰ ਦਿੰਦੇ ਨੇ ਉਹ ਕੁਛ ਇਹ ਬੋਲੀ ਜਾਂਦਾ ਗਾ ਇਹਨੂੰ ਐਂ ਤਾਂ ਅਕਲ ਨਹੀਂ ਵੀ ਅਸੀਂ ਆਪਦਾ ਘਰ ਲੋਕਾਂ ਵਾਂਗਰ ਲਾ ਕੇ ਕਿਉਂ ਖਰਾਬ ਕਰੀਏ ਹੈ ਲੋਕਾਂ ਦੀ ਹਵਾ ਚ ਆ ਕੇ ਬੋਲੀ ਜਾਂਦਾ ਗਾ ਲੈ ਪਾਲੀ ਹਾਂ ਸਮਾਨ ਲਿਓ ਜੀ ਦੀਵੇ ਦੂਵੇ ਲਿਆਂਦੇ ਦੀਵੇ ਵੀ ਲਿਆਤੀ ਮੋਮਬੱਤੀਆਂ ਵੀ ਲਿਆਤੀਆਂ ਚਲ ਵਧੀਆ ਕਰਿਆ ਦੇਖਿਓ ਆਹ ਸੂਟ ਪਾ ਲੂੰਗੀ ਕੱਲ ਨੂੰ ਮੈਂ ਤਾਂ ਨਵਾਂ ਹਨ ਸੋਹਣਾ ਲੱਗੂਗਾ ਨਾ ਹਾਂ ਇਹ ਸੋਹਣਾ ਲੱਗੂਗਾ ਮੇਰੀ ਗੱਲ ਸੁਣੋ ਜੀ ਥੋੜੀ ਮੂਡ ਖਰਾਬ ਕਰਨਾ ਟੈਨਸ਼ਨ ਕਿਉਂ ਨਾ ਚਿੱਤੋਂ ਪਹਿਰ ਤਾਂ ਕੁਛ ਨਾ ਕੁਛ ਕਰੀ ਰੱਖਦਾ ਨਾਲੇ ਟਾਈਮ ਸਿਰ ਉਹਨੂੰ ਰੋਟੀ ਮਿਲਦੀ ਆ ਤੇ ਉਹਨੂੰ ਕੱਪੜੇ ਉਂਗਲਾਂ ਲਾਉਂਦੇ ਆ ਉਦੋਂ ਉਹ ਬੋਲਦਾ
फिर रोटी लिया फिर थकिया खेतों गया गा ऐ नहीं है गा भी मीह पैंदा गा भी चार ढक जा ये खराब करता सारा आ थल्ले वाला चार तो जमी खराब हो गया वो जमी गौर नहीं करते ये कड़ा गौर करता है टॉर्च किन्नी अच्छी रहता आ किधरों आंदा तू जामी रखा इनू पूछ जा की कहंदा गा यार लफाफा जा चक्की होना ओए के जाले ओए के जाले किड़ा यार कच्चे बोली ना दिखता ता है नहीं रोई ओए इधर देख ला तेनू एडा बड़ा बंदा नहीं दिदा यार ता चार च बड़े बैठा निगा जा तू हैगा दिखदा नहीं पहाड़दा नहीं तेनू ओ मैं ता तेनू आ पुछदा हां भी तू किधरो आ रहे हां ओ मैं ता लफाफा जा चक्की फिरदा है कपड़े लिया समय के अच्छा तेनू समय किदे ने कपड़े मेरे ने और किदे ने कादे वास्ते पाई फिरदा ओही जी ओ कादे वास्ते ओ कलू दिवाली है अच्छा आहो ए साडे वाला ने मेनू ता दसी नहीं हैगा कपड़े कपड़े हुण देख डागना दा पता ए नमेश में रहंदे ने नमेश में रहंदे ने तेनू ता ओ टाइम ओही चल मैं देख रहा हूं ही करदा गल जाके हां ठीक पाठे जे ना मीने ऊई पौती अब बेबे नु ता पता होना चाहिदा होर ता किसी नु पता होवे ना होवे वी दिवाली ते कपड़े नवे छवेणे हुंदे ने उना नु दस की गल ए बेबे ए हां मेरी गल सुन नहीं तू ता सेणी बेड़िया तेनु इंदा ता पता होना चाहिदा दिवाली ते नवे कपड़े पौने हुंदे ने ए तेनु कीने कहता हां सारा दा हक ता नहीं हुंदा वी नवे कपड़े पाईदे हुंदे नहीं भी टाइम होंगे मेरे एक सूट ना दस की छोटे पैसे घटा पैंदा सी वे घटा तो नहीं पैंदा मेरा दिमाग चो निकल गई गल तेरा भी मैं कुत्ता सुना के मथा डम दंदी बोली जाना हुन्ना गा अद दा हिस्सेदार हां मैं अद दा ए सोच लिया करो सारा दिन मैं खेत मरी जन्ना कीदी खसर मरदा ना बे आ ताए अद अद किमे ला रखी है तन्नू केड़े कंजर ने कहता कि तेरा अद नाले फलाना तिकड़ा कीदी तू उंगल ते चढ़ गया ना फिर मैनू ए दस मेरा मां-बाप केड़ा गा जेड़ा तू कही जंदी भी अद अद दा गल तेरा हिस्से दा मालिक ता तू हैगा पर अगे ते कदे ए जी गल नहीं शो कीती कपड़े पाऊंगा कपड़े पाऊंगा तेन कोई ना लिया तू रेडीमेड लिया तू हो समान तो दर्जी ने हम मौके से सौके नहीं देने वाला कर दिया तेन मैं रेडीमेड लिया तू दस ना डब्बी वाला तेन पर लिया था मेरा पुत ना तू बड़ा तू समझदार है ना तो किसी दंगल ते नहीं चढ़ी हों जान के पुत तेन लोग भड़का के तोर देने बेबे मैं तेरी गल मैं मानता हूं तू ऐ लाला साहब देखो शहर के दो तीन जेड़े लाया मैं तो यह कहना थी नरमा तो लाइए चुका के ते कोई ना नरमा भी बिक जूगा नरमा तो उन्हें तानी बेचा भी मेरा बड़ा भाई आपे बेच आऊगा तेरे सिर तक पुत सारा बाजा ही बजदा गा ओ बेबे तू ओही गल कर देनी है मैं खेत दा करी जन्ना इन्ने ही बहुत है ओ बेच बसत के पैसे तो ले आया करे मेरी गल सुन लै तू तो बौलियां गल्लां करदा है तेन तो उन्हें कबीलदार दे मूहरे रख रखे है जो तू लड़दा है उदो सब कुछ ही कह दिंदा तेन मेरा गुस्सा ना करा कर मैं तेन पता बेबे मेरा ब्लड वधदा गा उन्हें कह दे फिर तू कह दे कर भी इहदा तां भाई ब्लड वधदा तुसीं चुप कर जा करो तू बड़ा करके तेन कबीलदार तां समा रखी ओने ऐ दस तू तां समझदा नहीं उहनां दी रमजा नूं फिर ऐ कहंदे आ ओह कहंदा तां हैगा नहीं मैं शहर जाऊंगा ओह सिंधू कह दिंदे आ भी तू ही लै आई भाई नवे कपड़े
चल मैं कोई ना फोन फान कर दूंगी। आप कह दे जाके मेरा पुत्र जाके आया कर, मैं गोहा गोहा पथ के आऊंगी। सनिया का टाइम होया पै, सनिया लड़ा दे जाके मैं सानू। ओ चल ओ तो बेबे मैं पता भी है कंजरखाना तो मैं करना पऊगा। चल मैं जाना चंगा फिर। आपके घर का कंजरखाना होंगे। चल बग जा मेरा पुत्र। चंगा चंगा बोलन लग जा चंद्रा। चंगा भला समझाया भाई तू ना बोलिया कर ना बोलिया कर। चल मना कोई गल नहीं, घर की गल है। तू बड़ा समझ दे लस्सी दी तैयारी कर ली। चल आप लस्सी लुस्सी पाई मट्टी ते जाके पहला चाह फड़ाया। मैं तीन बार सुनाता कहना मैंने चाह की कुट्टी नहीं दी ने, दो गिलास पी गया सवेर दे चाह दे। नहीं ओता मर जाना चाह नाल नहीं रजदा। तड़की बढ़ दिया कर जूड़ जग भर के सराने धर दिया कर। बेबे मैं कह तो रही हूं पहले दो बार चाह पी हटिया तो कहना मैं चाह ही नहीं पीती। चल कोई ना पुछा सीधा ना जब भी तू बोली सुख शांति ना निकल जान दे। गल सही है धीए वो तो दारू पी के नहीं पता थाने की खेलने। मैं उन्होंने आवाज मार लिया मैं लगा तैयार हो गया पर तीन ही लस्सी पाया उन्हें। चंगा चंगा कह दे उसने मुंडे को आराम नाल लस्सी पाया ये अथने फिर दीवे बत्ती का हो जूगा। चल कहीं सादियां देख दी दुकाना भी नहीं खुलिया। बेबे हूं मैं आही कपड़े जी देखूगा आप तो टॉर शकीनी ला दी दूजे पुराने की है। चंपल तोरी ला दो आ देख ला कमरे की गल कोठे का बार बुर जा खुले छड़ गया आई ने भी कुंडा जंदा ला दा तेरा दादा सौरा सी बेचारा बुजुर्ग मैं चल तू ला दी चंगी गल सी। चल बाबा सुख शाम साडी दिवाली नंगे बस सानू ता मेरे घर दे विच खुशियां दे बस बस गए। अच्छा बाबे नु प्या प्या लस्सी आपदे कन्नी करी फड़े ने। कोई नी बाबा पीए ना तो लस्सी मैं आया करूंगा हुण दुध ही लेके आया करूं तेरे लवे देखी चल। हां इन्हां नु टेक लैण दे मत्था कोई नी करदा गल फिर ऐ कर बिलू आपां भी घरे चल जिहड़ा दुध पिया उही लियाईए बाबे वास्ते इन्हां नु भी पता लगी। चलो पुत्त चलिए। हाँ बीबी मैं तो ऐसी चौंकी भरन बैगी। और मैं चल दो मिनट हूँ थोड़ी मर्जी है चौंकी भरने तो भर ही लेने है ना। ना चल कोई ना फिर ऐ कर गुरुद्वारे भी दीवे दूवे ला के आ गए ते गुरुद्वारे हो प्यो ते सच्चे दूजे दीवे पे मैं प्यो के आईया पुत्त। चल चल ले चल चंगा बाबा। चल बाबा
ਮੇਰੇ ਤਾਂ ਮਨ ਦੀ ਆਸ਼ਾ ਪੂਰੀ ਕਰਦੀ ਗਾਹਾਂ ਨੂੰ ਆਪਦੇ ਪੋਤੇ ਨੂੰ ਲੈ ਕੇ ਆਵਾਂ ਹੱਸਦੇ ਖੇਡਦੇ ਕਰ ਤੂੰ ਵੀ ਨਾ ਲੈ ਹੋਰ ਪੁੱਤਾਂ ਸੁਖਨਾ ਬਾਦੇ ਹੀ ਭਾਲਦੇ ਆਪਾਂ ਨਾਲੇ ਬਾਬੇ ਤਾਂ ਆਪਣੇ ਜ਼ਰੂਰ ਸੁਣਨਗੇ ਪਹਿਲਾਂ ਮੈਂ ਤੁਹਾਡੇ ਵਿਆਹ ਬਾਰੇ ਸੋਚਿਆ ਸੀ ਵੀ ਬਾਬਾ ਮੇਰੇ ਪੁੱਤ ਦਾ ਵਿਆਹ ਹੋ ਜੇ ਆਏ ਕਿ ਨਾ ਅਸੀਂ ਹੁਣ ਤਿੰਨੇ ਜਾਣੇ ਦੇਖ ਲਾ ਮੈਂ ਪਿਆਉਣਾ ਚਾਹ ਇਹਨਾਂ ਨੂੰ ਆਪ ਤਾਂ ਲੱਸੀਆਂ ਪਿਆ ਕੇ ਜਾਂਦੇ ਨੇ ਬਾਬੇ ਨੂੰ ਆਪਾਂ ਦੁੱਧ ਹੀ ਪਿਆਵਾਂਗੇ ਭੁੱਲੀ ਜਾਤੀ ਲੈ ਵੀ ਬਾਬਾ ਜੋਤ ਤਾਂ ਉਹ ਤੇਰੀ ਲਾ ਗਏ ਹੁਣ ਮੇਰੇ ਵੱਲੋਂ ਆ ਦੁੱਧ ਪੀ ਤੂੰ ਲੈ ਹੋ ਬਾਬੇ ਦੀ ਲੈ ਬਾਬਾ ਜਿਵੇਂ ਕਿ ਨਾ ਬਹੂ ਉਹਨੂੰ ਇੰਨੀ ਸੋਹਣੀ ਲਿਆ ਕੇ ਦਿੱਤੀ ਆ ਉਹੀ ਜੀ ਮੈਨੂੰ ਲਿਆ ਦੇ ਹੈ ਬਸ ਮੈਂ ਤਾਂ ਅਗਲੀ ਵਾਰ ਦੋਏ ਮੱਥਾ ਟੇਕਣ ਆਈਏ ਆ ਬੁੜੀ ਜੀ ਨੂੰ ਵੀ ਨਹੀਂ ਲੈ ਕੇ ਆਉਂਦਾ ਨਾਲ ਤਾਂ ਮੈਂ ਤਾਂ ਇਹਨੂੰ ਡੱਕਰ ਕੀ ਖੁਸ਼ ਹੈਗਾ ਇਹ ਅਸਲ ਵਿੱਚ ਧੱਕਾ ਉਹਨੇ ਕਿੰਨੀ ਛੱਡਦੀ ਆ ਲੈ ਵੀ ਬਾਬਾ ਧੰਨਵਾਦ ਤੇਰਾ ਠੀਕ ਆ ਹੁਣ ਬਹੂ ਲਿਆ ਕੇ ਦੇ ਦੀ ਮੈਨੂੰ ਮੈਂ ਦੁੱਧ ਪਿਆਉਣਾ ਤੈਨੂੰ ਨਾਲੇ ਉਹ ਤਾਂ ਲੱਸੀ ਪਿਆ ਕੇ ਜਾਂਦੇ ਨੇਗੇ ਚੰਗਾ ਚੱਲ ਵੀ ਨਾਲੇ ਚਾਹ ਦੇ ਉਹਨਾਂ ਦਾ ਕੰਮ ਨਿਬੜਿਆ ਬਿੰਦਕ ਬਾਅਦ ਧਰ ਲਾਂਦੇ ਦੀਏ